ਸ਼ਿਵਾਨੀ ਟਿਊਟੋਰੀਅਲ ਵੇਖ ਰਹੇ ਸਾਰੇ ਲੋਕਾਂ ਨੂੰ ਜੀ ਆਇਆਂ ਨੂੰ। ਅੱਜ ਮੈਂ ਤੁਹਾਨੂੰ ਇੱਕ ਬਹੁਤ ਸੋਹਣਾ ਅਤੇ ਬੜਾ ਆਸਾਨ ਜਿਹਾ ਮਹਿੰਦੀ ਦਾ ਡਿਜ਼ਾਈਨ ਦੱਸਣ ਲੱਗੀ ਹਾਂ। ਇਸ ਡਿਜ਼ਾਈਨ ਦੀ ਸ਼ੁਰੂਆਤ ਅਸੀਂ ਬਾਂਹ ਤੋਂ ਕਰਾਂਗੇ। ਧਿਆਨ ਰਹੇ ਕਿ ਇਸ ਡਿਜ਼ਾਈਨ ਲਈ ਮਹਿੰਦੀ ਨਾ ਜ਼ਿਆਦਾ ਮੋਟੀ ਅਤੇ ਨਾ ਜ਼ਿਆਦਾ ਪਤਲੀ ਹੋਏ। ਮੇਰੀ ਮਹਿੰਦੀ ਦੀ ਕੀਪ ਦਾ ਮੂੰਹ ਡਿਜ਼ਾਈਨ ਦੇ ਲਈ ਬਹੁਤ ਵਧੀਆ ਹੈ। ਤੁਸੀਂ ਵੀ ਧਿਆਨ ਰੱਖੋ ਕਿ ਮਹਿੰਦੀ ਲਾਉਂਦੇ ਸਮੇਂ ਮਹਿੰਦੀ ਬਿਲਕੁਲ ਵੀ ਵੱਗੇ ਨਹੀਂ। ਡਿਜ਼ਾਈਨ ਦੀ ਸ਼ੁਰੂਆਤ ਕਰਾਂਗੀ ਮੈਂ ਇੱਕ ਫੁੱਲ ਦੇ ਨਾਲ, ਅਤੇ ਹੁਣ ਫੁੱਲ ਦੇ ਅੱਗੇ ਪੱਤੀਆਂ ਅਤੇ ਹੋਰ ਲਾਈਨਾਂ ਪਾਉਂਦੇ ਹੋਏ ਇਸ ਡਿਜ਼ਾਈਨ ਨੂੰ ਪੂਰਾ ਕਰਾਂਗੇ। ਮੈਂ ਬੇਲ ਦਾ ਡਿਜ਼ਾਈਨ ਪਾਇਆ ਹੈ ਅਤੇ ਉਹਨੂੰ ਆਲੇ ਦੁਆਲੇ ਪੱਤੀਆਂ ਅਤੇ ਫੁੱਲ ਪਾ ਕੇ ਹੱਥ ਨੂੰ ਭਰ ਦਿੱਤਾ ਹੈ। ਉਂਗਲਾਂ 'ਤੇ ਡਿਜ਼ਾਈਨ ਬਣਾ ਕੇ ਮੈਂ ਉਂਗਲਾਂ 'ਤੇ ਸਭ ਤੋਂ ਉਤਲੇ ਪਾਸੇ ਮਹਿੰਦੀ ਲਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਫੈਲਾ ਦਿਆ ਹੈ। ਇਹ ਵੇਖਣ 'ਚ ਬਹੁਤ ਹੀ ਸੋਹਣੀ ਲੱਗਦੀ ਹੈ। ਦੇਖੋ ਸਾਡਾ ਡਿਜ਼ਾਈਨ ਕਿੰਨਾ ਸੋਹਣਾ ਲੱਗ ਰਿਹਾ। ਅਤੇ ਦੋਸਤੋ, ਤੁਸੀਂ ਵੀ ਇਸ ਸੋਹਣੇ ਜਿਹੇ ਮਹਿੰਦੀ ਦੇ ਡਿਜ਼ਾਈਨ ਨੂੰ ਟਰਾਈ ਕਰਨਾ ਬਿਲਕੁਲ ਨਾ ਭੁੱਲਣਾ।
ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਹੋਵੇ ਤੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਸਾਡਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।